ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜੀ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਤੇ ਬਾਦ ਦੇ ਅੰਜੀ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਮਾਨ ਸਰਕਾਰ ਪੁਲਿਸ ਦੀ ਫਿਟਨੈਸ ਨੂੰ ਲੈ ਕੇ ਵੱਡਾ ਫੈਸਲਾ ਲੈਣ ਦੀ ਤਿਆਰੀ ਵਿੱਚ ਆ ਤਾਂ ਦੋਸਤੋ ਇੱਕ ਤੋਂ ਬਾਅਦ ਇੱਕ ਅਨੋਕੇ ਫੈਸਲੇ ਲੈ ਕੇ ਲੋਕਾਂ ਨੂੰ ਹੈਰਾਨ ਕਰਨ ਵਾਲੀ ਮਾਨ ਸਰਕਾਰ ਹੁਣ ਇੱਕ ਹੋਰ ਨਵਾਂ ਫੈਸਲਾ ਲੈਣ ਦੀ ਤਿਆਰੀ ਵਿੱਚ ਹੈ ਤੇ ਹੁਣ ਪੰਜਾਬ ਪੁਲਿਸ ਦੀ ਫਿਟਨੈਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਪੁਲਿਸ ਅਮਲਾਇਮਾਂ ਨੂੰ ਸਾਈਕਲਾਂ ਤੇ ਘਰ ਤੋਂ ਦਫ਼ਤਰ ਆਉਣ ਦੇ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਜਿਸ ਬਾਰੇ ਹਾਕਮ ਕਿਸੇ ਵੀ ਸਮੇਂ ਪਾਸ ਹੋ ਸਕਦੇ ਹਨ ਤੇ ਇਸ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਪੰਜਾਬ ਪੁਲਿਸ ਅਮਲਾਇਮਾਂ ਨੂੰ ਨਵੇਂ ਸਾਈਕਲ ਦੇਵੇਗੀ ਤੇ ਇਸ ਪਿੱਛੇ ਤਰਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਫੈਸਲੇ ਦੇ ਨਾਲ ਜਿੱਥੇ ਵਾਤਾਵਰਨ ਨੂੰ ਸ਼ੁੱਧਾ ਰੱਖਣ ਦੇ ਵਿੱਚ ਲਾਭ ਮਿਲੇਗਾ ਤੇ ਉੱਥੇ ਹੀ ਪੰਜਾਬ ਪੁਲਿਕ ਦੀ ਚੰਗੀ ਸਿਹਤ ਵੀ ਬਣੀ ਰਹੇਗੀ ਜੋ ਮੁਲਾਜ਼ਮਾ ਫੈਟ ਨਹੀਂ ਹਨ ਜਾਂ ਮੋਟੇ ਹਨ ਨੂੰ ਫੈਟ ਰਹਿੰਦੇ ਵਿੱਚ ਮਦਦਤ ਵੀ ਮਿਲੇਗੀ 1 ਜੂਨ ਤੋਂ ਮਹਿੰਗੇ ਹੋਣ ਜਾ ਰਹੇ ਹਨ ਇਹ ਬਹਾਨਾਕਾਰ ਦੇ ਨਾਲ ਈਵੀ ਦੀਆਂ ਕੀਮਤਾਂ ਵਿੱਚ ਲੱਗੇਗੀ ਅੱਗ ਤਾਂ ਦੋਸਤੋ ਜੇਕਰ ਤੁਸੀਂ ਬਹਾਨਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ 1 ਜੂਨ ਤੋਂ ਪਹਿਲਾਂ ਇਸ ਬਾਰੇ ਵਿਚਾਰ ਕਰ ਲੈਣਾ ਚਾਹੀਦਾ ਕਿਉਂਕਿ 1 ਜੂਨ ਤੋਂ ਬਾਅਦ ਨਾ ਦੀਆਂ ਕੀਮਤਾਂ ਦੇ ਵਿੱਚ ਉਹ ਛਾਲ ਆਉਣ ਦੀ ਸੰਭਾਵਨਾ ਹੈ ਇਲੈਕਟ੍ਰਿਕ ਦੁਪਈਆ ਵਹਨਾ ਤੇ ਦਿੱਤੀ ਜਾਣ ਵਾਲੀ ਸਬਸਿਡੀ ਦੇ ਵਿੱਚ ਕਟੌਤੀ ਦੇ ਕਾਰਨ ਕੀਮਤਾਂ ਦੇ ਵਿੱਚ ਵਾਧਾ ਹੋ ਸਕਦਾ ਹੈ ਤੇ ਉੱਥੇ ਹੀ ਮਸ਼ਹੂਰਾਕਾਰ Honda ਕੰਪਨੀ ਨੇ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਧਾਉਣ ਬਾਰੇ ਕਿਹਾ ਹੈ ਤੁਹਾਨੂੰ ਦੱਸ ਦਿਆ ਕਿ ਪਿਛਲੇ ਮਾਰਚ ਵਿੱਚ ਐਸਯੂਵੀ ਸੈਗਮੈਂਟ ਦੇ ਕਾਰ ਨਿਊ ਸੈਟਰਨ ਸੀ 3D ਕੀਮਤਾਂ ਵਿੱਚ 18000 ਰੁਪਏ ਦਾ ਵਾਧਾ ਕੀਤਾ ਗਿਆ ਸੀ ਇਲੈਕਟ੍ਰਿਕ ਬਾਈਕ ਅਤੇ ਸਕੂਟਰ ਹੋਣਗੇ ਮਹਿੰਗੇ ਭਾਰੀ ਉਦਯੋਗ ਮੰਤਰਾਲੇ ਨੇ ਕੋਸ਼ਿਸ਼ ਨ ਕੀਤੀ ਹੈ ਕਿ ਇਹ ਵਿਵਸਥਾ ਮ 11 ਜੂਨ ਨੂੰ ਨਹੀਂ 1 ਜੂਨ 2023 ਤੋਂ ਲਾਗੂ ਹੋਣ ਗੰਗਾ ਫੇਮ 2 ਪ੍ਰੋਗਰਾਮ ਦੀ 3 ਸਾਲਾਂ ਦੀ ਮਿਆਦ ਲਈ ਸਰਕਾਰ ਨੇ 10000 ਕਰੋੜ ਰੁਪਏ ਰੱਖੇ ਹਨ ਤੇ ਜੂਨ 2021 ਦੇ ਵਿੱਚ ਖਤਮ ਹੋਣ ਵਾਲੇ ਇਸ ਪ੍ਰੋਗਰਾਮ ਨੂੰ ਹੋਰ ਆ 2 ਸਾਲਾਂ ਦੇ ਲਈ ਵਧਾ ਦਿੱਤਾ ਗਿਆ ਸੀ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਘੰਟੇਲੇ ਬਟਨ ਨੂੰ ਦਬਕੇ ਆਲਟ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਕੈਨੇਡੀਅਨ ਪਾਰਟੀ ਨੇ ਸਰਕਾਰ ਨੂੰ 150 ਪੰਜਾਬੀ ਵਿਦਿਆਰਥੀਆਂ ਨੂੰ ਰਿਪੋਰਟ ਨਾ ਕਰਨ ਦੀ ਕੀਤੀ ਅਪੀਲ ਕੈਨੇਡਾ ਦੇ ਨਿਊ ਡੈਮੋਕ੍ਰੈਟਿਕ ਪਾਰਟੀ ਐਨ ਡੀ ਪੀ ਨੇ ਸਰਕਾਰ ਨੂੰ ਉਹਨਾਂ 150 ਪੰਜਾਬੀ ਵਿਦਿਆਰਥੀਆਂ ਨੂੰ ਰਿਪੋਰਟ ਨਾ ਕਰਨ ਦੀ ਅਪੀਲ ਕੀਤੀ ਹੈ ਜਿਨ੍ਹਾਂ ਨੂੰ ਫਰਜੀ ਕਾਲਜ ਦਾਖਲਾ ਪੱਤਰਾਂ ਤੇ ਉਦੇਸ਼ ਛੱਡਣ ਨੂੰ ਕਿਹਾ ਗਿਆ ਸੀ। ਕੈਨੇਡਾ ਦੀ ਸੀਮਾ ਸੁਰੱਖਿਆ ਏਜੰਸੀ ਨੇ ਇਹ ਜਾਣਕਾਰ ਦਿੱਤੀ ਹੈ ਵਿਦਿਆਰਥੀਆਂ ਜਿਨ੍ਹਾਂ ਨੂੰ 29 ਮਈ ਤੱਕ ਰਿਪੋਰਟ ਕਰਨ ਦੇ ਆਦੇਸ਼ ਹਨ ਨੇ ਕਿਹਾ ਹੈ ਕਿ ਉਹਨਾਂ ਨੂੰ ਭਾਰਤ ਵਿੱਚ ਉਹਨਾਂ ਦੀ ਇਮੀਗ੍ਰੇਸ਼ਨ ਐਡਵਾਈਸ ਏਜੰਸੀ ਦੇ ਵੱਲੋਂ ਧੋਖਾ ਦਿੱਤਾ ਗਿਆ। ਅਸਨੇ ਉਹਨਾਂ ਨੂੰ ਨਕਲੀ ਦਸਤਾਵੇਜ਼ ਮੁਹੱਈਆ ਕਰਵਾਏ ਇਸ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਸੀ ਐਨਡੀਪੀ ਨੇ ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਬੇਈਮਾਨ ਪਰਤੀਕਾਰਾਂ ਦੇ ਬੋਲੋਂ ਗੁੰਮਰਾਹ ਕੀਤੇ ਗਏ ਕਮੰਤਰੀ ਵਿਦਿਆਰਥੀਆਂ ਨੂੰ ਇਸ ਦੀ ਕੀਮਤ ਨਹੀਂ ਚੁਕਾਉਣੀ ਚਾਹੀਦੀ ਅਗਲੀ ਖਬਰ ਹੁਣ ਬਿਹਾਰ ਦੇ ਦੋ ਸ਼ਹਿਰਾਂ ਦੇ ਵਿੱਚ ਜਮੀਨ ਦੇ ਵਿੱਚੋਂ ਨਿਕਲਣ ਲੱਗਾ ਸੋਨਾ ਕਿੰਨਾ ਵੱਡਾ ਹੈ ਭੰਡਾਰ ਜਾਂ ਉਹਨਾਂ ਕਿਵੇਂ ਹੋਵੇਗੀ ਖੋਦਾਈ ਤਾਂ ਦੋਸਤੋ ਅਕਸਰ ਲੋਕਾਂ ਦਾ ਬਿਹਾਰ ਨੂੰ ਗਰੀਬ ਸੁਭਾ ਕਹਿੰਦੇ ਹਨ ਤੇ ਪਰ ਲੋਕਾਂ ਦਾ ਇਹ ਵਿਸ਼ਵਾਸ ਜਲਦੀ ਹੀ ਗਲਤ ਸਾਬਤ ਹੋਣ ਵਾਲਾ ਦਰਸਲ ਬਿਹਾਰ ਬਹੁਤ ਜਲਦੀ ਅਮੀਰ ਬਣ ਸਕਦਾ ਹੈ ਤੇ ਅਜਿਹਾ ਇਹਦੇ ਲਈ ਕਿਹਾ ਜਾ ਰਿਹਾ ਕਿਉਂਕਿ ਹੁਣ ਬਿਹਾਰ ਦੇ ਦੋ ਜ਼ਿਲ੍ਹਿਆਂ ਦੇ ਵਿੱਚ ਸੋਨੇ ਦਾ ਵੱਡਾ ਭੰਡਾਰ ਮਿਲਣ ਦੀ ਖਬਰ ਮਿਲੀ ਹੈ ਇਹ ਪਹਿਲਾਂ ਹੀ ਸਾਹਮਣੇ ਆ ਚੁੱਕਾ ਕਿ ਦੇਖਦੇ ਸੋਨੇ ਦੇ ਭੰਡਾਰ ਦਾ 40 ਤੋਂ 44% ਤਬਿਹਾਰ ਦੇ ਜਮਾਈ ਜ਼ਿਲ੍ਹੇ ਦੇ ਵਿੱਚ ਅਤੇ ਇਸ ਦੇ ਨਾਲ ਹੀ ਗਵੰਡੀ ਜ਼ਿਲ੍ਹਾ ਬਾਂਕਾ ਦੇ ਕਟੋਰੀਆ ਇਲਾਕੇ ਦੇ ਵਿੱਚ ਜ਼ਮੀਨ ਦੇ ਅੰਦਰ ਆ ਲੋਕੇ ਸੁਣ ਦੀ ਜਾਂਚ ਕਰਨ ਦੇ ਲਈ ਜੀਓਲੋਜੀਕਲ ਸਰਵੇ ਆਫ ਇੰਡੀਆ ਦੀ ਟੀਮ ਦੇ ਬਲੋਂ ਸਰਵੇ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜਲੰਧਰ ਚ ਕਾਲਾ ਕੱਚਾ ਗੈਂਗ ਸਰਗਰਮ ਰਾਤ ਵੇਲੇ ਘਰਾਂ ਨੂੰ ਬਣਾ ਰਹੇ ਨਿਸ਼ਾਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਹੋਏ ਕੈਦ ਤਾਂ ਦੋਸਤੋ ਪੰਜਾਬ ਦੇ ਜਲੰਧਰ ਦੇ ਵਿੱਚ ਕਾਲਾ ਕੱਚਾ ਗੈਂਗ ਮੜ ਸਰਗਰਮ ਹੋ ਗਏ ਹਨ ਤੇ ਇਸ ਗੈਂਗ ਦੇ ਮੈਂਬਰ 1 2 ਥਾਮਾਂ ਤੇ ਰਾਦੇਸ ਨੇਰੇ ਵਿੱਚ ਬਾਰਦਾਤਾਂ ਨੂੰ ਵੀ ਅੰਜਾਮ ਦੇ ਚੁੱਕੇ ਹਨ ਇਹ ਗਰੋਹ ਸ਼ਹਿਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਵੀ ਕੈਦ ਹੋ ਗਏ ਹਨ ਸ਼ਹਿਰ ਵਿੱਚ ਕਾਲਾ ਕੱਚਾ ਗਰੋਹ ਦੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਪੁਲਿਸ ਨੇ ਇਹਨਾਂ ਦੇ ਪੋਸਟਰ ਵੀ ਜਾਰੀ ਕਰਕੇ ਸ਼ਹਿਰ ਦੀਆਂ ਕੰਧਾਂ ਤੇ ਚਿਪਕਾਏ ਹਨ ਤੇ ਉੱਤਰੀ ਵਿਧਾਨ ਸਭਾ ਹਲਕੇ ਦੇ ਇਲਾਕਿਆਂ ਦੇ ਵਿੱਚ ਕਾਲਾ ਕੱਚਾ ਗਰੋਹ ਦੀ ਸਰਗਰਮੀ ਦੇਖਣ ਨੂੰ ਮਿਲਿਆ ਤੇ ਕਾਲਾ ਕੱਚਾ ਗਰੋਹ ਦੇ ਮੈਂਬਰ ਇੱਕ ਘਰ ਵਿੱਚ ਬੜ ਗਏ ਸਨ ਪਰ ਮਕਾਨ ਮਾਲਕ ਦੇ ਉੱਠ ਕੇ ਲਾਈਟਾਂ ਚਾਲੂ ਕਰਨ ਤੇ ਉਹ ਫਰਾਰ ਹੋ ਗਏ ਪਲਸ ਨੇ ਇਸ ਸੰਬੰਧ ਵਿੱਚ ਕੁਝ ਸ਼ੱਕੀ ਵਿਅਕਤੀਆਂ ਨੂੰ ਹਰਾਸਤ ਵਿੱਚ ਵੀ ਲਿਆ ਤੇ ਜਿਨ੍ਹਾਂ ਦੇ ਕੋਲ ਹੁਣ ਪਹੁੰਚ ਗਈ ਚਕੀਤੀ ਜਾਰੀ ਹੈ। ਬਿਜਲੀ ਬਿੱਲਾਂ ਦੇ ਡਿਫਾਲਟ ਰਾਂ ਦੇ ਲਈ ਸਨੈਰੀ ਮੌਕਾ ਬਿਆਹਤੇ ਫਿਕਸਡ ਚਾਰਜ ਦੇ ਵਿੱਚ ਛੋਟ ਦਾ ਐਲਾਨ। ਤਾਂ ਉਸ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ਬਿੱਲ ਨਾ ਭਰਨ ਕਰਕੇ ਡਿਫਾਲਟ ਹੋਏ ਖਪਤਕਾਰਾਂ ਦੇ ਲਈ ਜੱਕ ਮੋਸ ਦਾ ਨਵੇੜਾ ਸਕੀਮ ਓਟੀਐਸ ਦਾ ਐਲਾਨ ਕੀਤਾ ਹੈ। ਤਾ ਜੋ ਆਰਥਿਕ ਮਜਬੂਰੀਆਂ ਦੇ ਕਰਕੇ ਜਿਨ੍ਹਾਂ ਦੇ ਕਨੈਕਸ਼ਨਾਂ ਕੱਟੇ ਗਏ ਸਨ ਜਾਂ ਮੋੜਾ ਜੁੜੇ ਨਹੀਂ ਜਾ ਰਹੇ ਹਣ ਤੇ ਉਹਨਾਂ ਨੂੰ ਸੁਨਹਿਰੀ ਮੌਕਾ ਮਿਲ ਸਕੇ ਇਸ ਸਕੀਮਾ 3 ਮਹੀਨਿਆਂ ਦੀ ਹਰ ਵਰਗ ਦੇ ਖਪਤਕਾਰਾਂ ਖਾਸ ਤੌਰ ਤੇ ਉਦਯੋਗਿਕ ਖਪਤਕਾਰਾਂ ਦੇ ਲਈ ਜਾਰੀ ਰਹੇਗੀ ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀਆਂ ਸਾਰੀਆਂ ਸ਼੍ਰੇਣੀਆਂ ਦੇ ਖਪਤਕਾਰਾਂ ਖਾਸ ਤੌਰ ਤੇ ਉਦਯੋਗਿਕ ਖਪਤਕਾਰ ਜਿਨ੍ਹਾਂ ਦੇ ਕਨੈਕਸ਼ਨ ਆਰਥਿਕ ਮਜਬੂਰੀਆਂ ਕਾਰਨ ਬਿੱਲ ਜਮ੍ਹਾਂ ਨਾ ਕਰਵਾਉਣ ਕਰਕੇ ਕੱਟੇ ਹੋਏ ਸਨ ਜਾਂ ਬਕਾਇਆ ਰਾਕਮਾ ਕਲੀਅਰ ਨਾ ਹੁਣ ਕਰਕੇ ਕਨੈਕਸ਼ਨ ਮੜ ਜੋੜੇ ਨਹੀਂ ਜਾ ਰਹੇ ਸੰਤ ਤੇ ਉਹਨਾਂ ਨੂੰ ਇੱਕ ਸੁਨਹਿਰੀ ਮੌਕਾ ਦਿੰਦੇ ਹੋਏ ਪੀਐਸ ਅਪੀਸੀਐਲ ਦੇ ਵੱਲੋਂ ਓਟੀਐਸ ਤਿੰਨ ਮਹੀਨਿਆਂ ਦੇ ਲਈ ਚਾਲੂ ਕੀਤੀ ਜਾ ਰਹੀ ਹੈ ਤੇ ਓਟੀਐਸ ਅਧੀਨ ਬਿੱਲਾਂ ਦੀ ਬਕਾਇਆ ਰਹਿੰਦੀ ਡਿਫਾਲਟਿੰਗ ਰਾਕਮ ਉੱਪਰ ਦੇਰੀ ਦੇ ਨਾਲ ਅਦਾਇਗੀ ਦੇ ਉੱਤੇ ਵਿਆਜ 9 ਫੀਸਦੀ ਦੇ ਸਧਾਰਨ ਦਰਨ ਦੇ ਹਿਸਾਬ ਦੇ ਨਾਲ ਲਿਆ ਜਾਵੇਗਾ ਜੂਨ ਤੋਂ ਚੰਡੀਗੜ੍ਹ ਦੇ ਵਿੱਚ ਨਹੀਂ ਵਿਕਣਗੇ ਪੈਟਰੋਲ ਵਾਲੇ ਵਾਹਨ ਰਜਿਸਟ੍ਰੇਸ਼ਨ ਹੋਵੇਗੀ ਬੰਦ ਤਾਂ ਦੋਸਤੋ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਰਦ ਵਿੱਚ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਦਾ ਕਦਮ ਚੁੱਕਿਆ ਹੈ ਤੇ ਜੂਨ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ પેટ્રોલ ਬਾਈਕ ਦੀ ਵਿਕਰੀ ਜਾਂ ਰਜਿਸਟ੍ਰੇਸ਼ਨ ਨਹੀਂ ਹੋਵੇਗੀ। ਪ੍ਰਸ਼ਾਸਨ ਦੀ ਇਲੈਕਟ੍ਰਿਕ ਵਾਹਨ ਨੀਤੀ ਦੇ ਅਨੁਸਾਰ ਮੁੱਖ ਟੀਚਾ ਕਾਰਬਨ ਫੁੱਟਪ੍ਰਿੰਟ ਅਤੇ પેટ્રોલ ਅਤੇ ਡੀਜ਼ਲ ਵਾਹਨਾਂ ਦੇ ਕਾਰਨ ਹੋਣ ਵਾਲੇ ਪ੍ਰਦੂਸ਼ਣ ਨੂੰ ਘਟਾਉਣਾ ਹੈ ਤੇ ਇਹ ਨੀਤੀ ਚੰਡੀਗੜ੍ਹ ਰੀਯੂਨੇਵਲ એનર્ਜੀ ਸਾਇੰਸ ਐਂਡ ਟੈਕਨੋਲੋਜੀ ਪ੍ਰਮੋਸ਼ਨ ਸੁਸਾਇਟੀ ਦੁਆਰਾ ਤਿਆਰ ਕੀਤੀ ਗਿਆ ਤੇ ਰੀਹਾਈਟ੍ਰੇਸ਼ਨ ਅਤੇ లైసెన్సింగ్ अथॉरिटी ਦੁਆਰਾ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਸਾਲ 2023-24 ਦੇ ਲਈ ਪੈਟਰੋਲਾ ਬਾਈਕਾਂ ਦੇ ਰੀਜਿਸਟ੍ਰੇਸ਼ਨ ਦਾ ਟੀਚਾ 8500 ਪਰ ਇਹ ਟੀਚਾ ਜੂਨ ਤੱਕ ਹੀ ਹਾਸਲ ਹੁੰਦੀ ਸੰਭਾਵਨਾ ਹੈ ਕਿਉਂਕਿ 1.5 ਮਹੀਨੇ ਵਿੱਚ ਕਰੀਬ 3700 ਬਾਈਕਾਂ ਦੇ ਰੀਜਿਸਟ੍ਰੇਸ਼ਨ ਹੋ ਚੁੱਕਿਆ ਅਤੇ ਜੂਨਾਂ ਤੱਕ ਸਿਰਫ 2500 ਹੋਰ ਪੈਟਰੋਲਾ ਬਾਈਕਾਂ ਦੇ ਰੀਜਿਸਟ੍ਰੇਸ਼ਨ ਕੀਤੀ ਜਾ ਸਕਦਾ ਹੈ ਜਿਸ ਵਿੱਚ ਸਿਰਫ ਇਲੈਕਟ੍ਰਿਕ ਬਾਈਕ ਦੀ ਹੀ ਇਜਾਜ਼ਤ ਹੋਵੇਗੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਜੋ ਇਹਨਾਂ ਦਾ ਲਾਭ ਲੈਣ ਦੇ ਲਈ ਪੋਰਟਲ ਤੇ ਜ਼ਮੀਨ ਦੀ ਜਾਣਕਾਰੀ ਦਰਜ ਕਰਵਾਉਣਾ ਜ਼ਰੂਰੀ ਜਿਆਂ ਉਸ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਦੀ ਜੋ ਇਹਨਾਂ ਦਾ ਲਾਭ ਲੈਣ ਦੇ ਲਈ ਲਾਪਾਤਰੀ ਦਾ ਪੀਐਮ ਕਿਸਾਨ ਪੋਰਟਲ ਤੇ ਲੈਂਡ ਰਿਜਿਸਟ੍ਰਿੰਗ ਜ਼ਮੀਨ ਦੀ ਜਾਣਕਾਰੀ ਦਰਜ ਕਰਵਾਉਣਾ ਜ਼ਰੂਰੀ ਹੈ ਤੇ ਇਸ ਗੱਲ ਦੀ ਜਾਣਕਾਰੀ ਮੌਖਾ ਖੇਤੀਬਾੜੀ ਅਫਸਰ ਡਾਕਟਰ ਹਰਬਾ ਅੰਸਰ ਸਿੰਘ ਨੇ ਦਿੱਤੀ ਹੈ ਤੇ ਉਹਨਾਂ ਨੇ ਦੱਸਿਆ ਕਿ ਜਿਹੜੇ ਕਿਸਾਨਾਂ ਦੇ ਵੱਲੋਂ ਹਜੇ ਤੱਕ ਪੀਐਮ ਕਿਸਾਨ ਪੋਰਟਲ ਤੇ ਜਾਣਕਾਰੀ ਦਰਜ ਨਹੀਂ ਕਰਵਾਈ ਗਈ ਹੈ ਤੇ ਉਹ ਆਪਣੇ ਨੇੜੇ ਦੇ ਖੇਤੀਬਾੜੀ ਅਫਸਰ ਜਾਂ ਦਫ਼ਤਰ ਦੇ ਵਿੱਚ ਸੰਪਰਕ ਕਰਕੇ ਆਪਣੀ ਜ਼ਮੀਨ ਦੀ ਮਾਲਕੀਆ ਤਸਬੰਦੀ ਫਰਦ ਅਤੇ ਆਧਾਰ ਕਾਰਡ ਜਮਾ ਕਰਵਾਉਣਾ ਤਾਂ ਜੋ ਉਹ ਪੀਐਮ ਕਿਸਾਨ ਸਨਮਾਨ ਨਦੀ ਯੋਜਨਾ ਦਾ ਲਾਭ ਪੜਤਾਲ ਤੋਂ ਬਾਅਦ ਪ੍ਰਾਪਤ ਕਰ ਸਕਣ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਲਾਭਪਾਤਰੀਆਂ ਨੇ ਬਿਲਹੋਂ ਹੁਣ ਤੱਕ ਈਕੇ ਬੀਏਸੀ ਨਹੀਂ ਕਰਵਾਈ ਗਿਆ ਤੇ ਉਹ ਵੀ ਜਲਦੀ ਤੋਂ ਜਲਦੀ ਯੋਜਨਾ ਦਾ ਲਾਭ ਲੈਣ ਦੇ ਲਈ ਆਪਣੇ ਆਪ ਜਾਂ ਕਾਮਨ ਸਰਵਿਸ ਸੈਂਟਰ ਤੋਂ ਈਕੇ ਬੀਏਸੀ ਕਰਵਾਉਣ ਤਾਂ ਕਿ ਉਹਨਾਂ ਨੂੰ ਸਰਕਾਰ ਦੇ ਵੱਲੋਂ ਦਿੱਤੀ ਜਾਂਦੇ ਇਹ ਸਹੂਲਤ ਦਾ ਲਾਭ ਮਿਲ ਸਕੇ ਮਨੁੱਖੀ ਤਸਕਰੀਆ ਤੇ ਜਾਲੀ ਏਜੰਟਾਂ ਦੇ ਵਿਰੁੱਧ ਕਾਰਵਾਈ ਅਤੇ ਲਈ ਪੰਜਾਬ ਸਰਕਾਰ ਨੇ ਬਣਾਈ ਐਸਆਈਟੀ ਤਾਂ ਦੋਸਤੋ ਪੰਜਾਬ ਸਰਕਾਰ ਨੇ ਮਨੁੱਖੀ ਤਸਕਰੀਆ ਤੇ ਜਾਲੀ ਏਜੰਟਾਂ ਦੇ ਖਿਲਾਫ ਕਾਰਵਾਈ ਦੇ ਲਈ ਐਸਆਈਟੀ ਦਾ ਗਠਨ ਕੀਤਾ ਤਿਹਦੇ ਨਾਲ ਹੀ ਬਿਕਰਮਜੀਤ ਸਿੰਘ ਆਸਾਨੀ ਅਤੇ ਮੈਂਬਰ ਪਾਰਲੀਮੈਂਟ ਨੇ ਤਿੰਨ ਦੇਸ਼ਾਂ ਦੇ ਵਿਚ ਆ ਫਸੀਆਂ ਔਰਤਾਂ ਦੇ ਲਈ ਸਹਾਇਤਾ ਦੇ ਲਈ ਚਾਰ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ ਜੋ ਕਿ ਤੁਹਾਡੇ ਸਕਰੀਨ ਦੇ ਉੱਪਰ ਹਨ ਸੰਸਦ ਮੈਂਬਰ ਵਿਕਰਮਜੀਤ ਸੰਘਾਸਨੀ ਨੇ ਮਨੁੱਖੀ ਤਸਕਰੀ ਦੇ ਸਾਰੇ ਕੇਸਾਂ ਦੀ ਜਾਂਚ ਦੇ ਲਈ ਐਸਆਈਟੀ ਕਾਇਮ ਕਰਨ ਦੇ ਵਿੱਚ ਦਿਖਾਈ ਤੇਜੀ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਦਾ ਧੰਨਵਾਦ ਕੀਤਾ ਅਤੇ WARNING ਜੋਗਾ ਕਿ ਪੰਜਾਬ ਤੋਂ ਬਾਦ ਪੂਰਬ ਦੇ ਦੇਸ਼ਾਂ ਵਿੱਚ ਯਾਤਰਾ ਰੋਜ਼ਗਾਰ ਵੀਜ਼ੇ ਦੇ ਹੇਠਾਂ ਔਰਤਾਂ ਨੂੰ ਭੇਜਿਆ ਜਾ ਰਿਹਾ ਤੇ ਜਿੱਥੇ ਉਹਨਾਂ ਦਾ ਸ਼ੋਸ਼ਣ ਹੁੰਦਾ ਹੈ ਤੇ ਇਸ ਕਾਰਵਾਈ ਦੇ ਵਿੱਚ ਐਸਆਰ ਕਾਰਵਾਈ ਦੇ ਨਾਲ ਅਜਿਹੇ ਅਪਰਾਧਾਂ ਨੂੰ ਰੋਕਣ ਦੇ ਵਿੱਚ ਆ ਮਦਦ ਮਿਲੇਗੀ ਤੇ ਐਸਐਸਆਈਟੀ ਦਾ ਗਠਨ ਵਿਕਰਮਜੀਤ ਸਿੰਘ ਸੰਘ ਸਨੀ ਦੇ ਬਲੂ ਹਾਲ ਹਿਤੇ ਵਿੱਚ ਸ਼ੁਰੂ ਕੀਤੇ ਗਏ ਮਿਸ਼ਨ ਉਪਦੇਸ਼ ਤਹ ਤੱਕ ਕੀਤਾ ਗਿਆ ਹੈ ਜ ਜਿਹਦੀ ਸ਼ੁਰੂਆਤ ਅਮਾਨ ਦੇ ਵਿੱਚ ਫਸੀਆਂ ਕੁੜੀਆਂ ਨੂੰ ਛਡਾਉਣ ਦੇ ਲਈ ਕੀਤੀ ਗਈ ਸੀ ਐਸਆ ਹੈਟੀ ਸੰਸਦ ਸਨੀ ਦਾ ਯਤਨ ਦੇ ਸਾਧਕ ਅਮਾਨ ਤੋਂ ਕਈ ਕੁੜੀਆਂ ਨੂੰ ਭਾਰਤ ਤੋਂ ਵਾਪਸ ਲਿਆਂਦਾ ਗਿਆ ਹੈ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਭਗਵਾਨਤਮਾਨ ਸਨੇ 11 ਮੁੱਖ ਮੰਤਰੀ ਰਹੇ ਗੈਰ ਹਾਜ਼ਰ ਤਾਂ ਦੋਸਤੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਵਾਈ ਦੇ ਹੇਠ ਕੱਲ ਇੱਥੇ ਨੀਤੀਯੋਗ ਕੌਂਸਲ ਦੀ ਬੈਠਕ ਹੋਈ ਐ ਜਿਸ ਵਿੱਚ 2047 ਤੱਕ ਭਾਰਤ ਨੂੰ ਬੈਕਸਤਾਂ ਮੌਲਕਾ ਬਣਾਉਣ ਦੇ ਲਈ ਬਾਕ-ਬਾਕ ਮਸਲਾਂ ਤੇ ਚਰਚਾ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੇਰਲ ਦੇ ਮੁੱਖ ਮੰਤਰੀ ਪਿੰਨਾ ਰਾਈ ਵਿਜੇ ਜਨ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਬਿਹਾਰ ਦੇ ਮੁੱਖ ਮੰਤਰੀ ਨतीश ਕੁਮਾਰ ਸਮੇਤ 11 ਮੁੱਖ ਮੰਤਰੀ ਨੀਤੀਯੋਗ ਕਾਉਂਸਲ ਦੀ ਬੈਠਕ ਦੇ ਵਿੱਚ ਸ਼ਾਮਲ ਨਹੀਂ ਹੋਏ। ਇਸ ਵਾਰ ਮੌਨਸੂਨ ਆ ਰਹਿ ਸਕਦਾ ਹੈ ਕਮਜ਼ੋਰ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ 30 ਮਈ ਤੱਕ ਪੰਜਾਬ ਵਿੱਚ ਬਾਰਿਸ਼ ਅਤੇ ਤੇਜ਼ ਹਵਾਵਾਂ। ਤਾਂ ਦੋਸਤੋ ਪੰਜਾਬ ਭਾਰ ਦੇ ਵਿੱਚ 30 ਮਈ ਤੱਕ ਤੇਜ਼ ਹਵਾਵਾਂ ਤੇ ਬਾਰਿਸ਼ ਪੈਣ ਦੇ ਅਸਰਾਂ ਤੇ ਇਹ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਵੱਲੋਂ ਸਾਂਝੀ ਕੀਤੀ ਗਈ ਹੈ। ਇਸ ਬਾਰ ਮਈ ਮਹੀਨੇ ਵਿੱਚ ਅਤੇ April ਮਹੀਨੇ ਦੇ ਵਿੱਚ ਇਹ ਰਿਕਾਰਡ ਤੋੜਿਆ। ਬਾਰਿਸ਼ਾਂ ਹੋਈਆਂ ਅਤੇ ਖਾਸ ਕਰਕੇ ਮਈ ਮਹੀਨੇ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਆ ਪੰਜਵੀਂ ਚੱਕਰਵਾਤ ਆਉਣ ਕਰਕੇ ਬਾਰਿਸ਼ ਦਾ ਮੌਸਮਾ ਬਣਿਆ ਹੋਇਆ ਹੈ। ਮਈ ਮਹੀਨੇ ਵਿੱਚ ਸਿਰਫ 21 ਤੋਂ 22 ਜੂਨ ਦੇ ਦੌਰਾਨ ਹੀ ਤਾਪਮਾਨ 42 ਤੋਂ 43 ਡਿਗਰੀ ਰਿਹਾ ਜੋ ਕਿ ਆਮ ਦੇ ਨਾਲ 3 ਡਿਗਰੀ ਜ਼ਿਆਦਾ ਸੀ ਪਰ ਬਾਕੀ ਮਹੀਨੇ ਵਿੱਚ ਗਰਮੀ ਦਾ ਬਹੁਤਾ ਅਸਰ ਬੇਕਰ ਨੂੰ ਨਹੀਂ ਮਿਲਿਆ ਹੈ। 30 ਮਈ ਤੱਕ ਆ ਪਛਮੀ ਚੱਕਰਵਾਤ ਦੇ ਸਰਗਰਮ ਰਹਿਣ ਦੀ ਸੰਭਾਵਨਾ ਤੇ ਆਮ ਮਈ ਮਹੀਨੇ ਵਿੱਚ 23 ਐਮ ਐਮ ਤੱਕ بارش ਹੁੰਦੀ ਆ ਪਰ 20 ਐਮ ਐਮ ਤੱਕ ਪਹਿਲਾਂ ਹੀ ਪਹੁੰਚ ਚੁੱਕਿਆ ਤੇ ਇਸੇ ਤਰ੍ਹਾਂ ਅਪ੍ਰੈਲ ਮਹੀਨੇ ਵਿੱਚ ਵੀ ਪਛਮੀ ਚੱਕਰਵਾਤ ਕਰਕੇ ਕਾਫੀ بارش ਹੁੰਦੀ ਰਹੀ ਆ ਪਰ ਪੰਜਾਬ ਵਿੱਚ ਮੌਜੂਦਾ ਹਾਲਾਤਾਂ ਦੇ ਅੰਦਰ 30 ਮਈ ਤੱਕ ਪਛਮੀ ਚੱਕਰਵਾਤ ਦੇ ਸਰਗਰਮ ਰਹਿਣ ਦੀ ਸੰਭਾਵਨਾ ਹੈ ਜਿਸ ਤੋਂ ਬਾਅਦ ਹਾਲਾਂਕਿ ਮੌਸਮਾਂ ਸਾਫ ਰਹਿਣ ਦੀ ਭਵਿੱਖਬਾਣੀ ਕੀਤੀ ਗਿਆ ਪਰ ਪੰਜਾਬ ਭਰ ਦੇ ਵਿੱਚ 30 ਮਈ ਤੱਕ ਹਲਕੀ ਬਾਰਿਸ਼ ਅਤੇ ਤੇਜ਼ ਹਵਾਵਾਂ ਦੇ ਨਾਲ ਬਦਲਬਾਈ ਵਾਲਾ ਮੌਸਮ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ ਤੇ ਜਿਹਦੇ ਨਾਲ ਗਰਮੀ ਦਾ ਪ੍ਰਕੋਪ ਬਹੁਤਾ ਜ਼ਮੀਨੀ ਪੱਧਰ ਦੇ ਉੱਤੇ ਬਖਾਈ ਨਹੀਂ ਦੇਵੇਗਾ ਮੌਨਸੂਨ ਵੀ ਕਮਜ਼ੋਰ ਰਹਿ ਸਕਦਾ ਹੈ ਮੌਸਮ ਵਿਭਾਗ ਦੇ ਵੱਲੋਂ ਇਹ ਵੀ ਭਵਿੱਖਬਾਣੀ ਕੀਤੀ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੂੰ 20 ਦਿਨਾਂ ਦੇ ਅੰਦਰ ਪੰਚਾਇਤ ਤੇ ਜ਼ਿਮਨੀ ਚੋਣਾਂ ਦੀ ਨੋਟੀਫਿਕੇਸ਼ਨ ਜਾਰੀ ਕਰਨ ਦੇ ਹੁਕਮਾਂ ਪੰਜਾਬ ਦੇ ਵਿੱਚ ਸਰਪੰਚ ਪੰਚਾਇਤ ਸੰਵਤੀ ਮੈਂਬਰ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਖਾਲੀ ਪਈਆਂ ਅਸਾਮੀਆਂ ਤੇ ਉਪ ਚੋਣਾਂ ਨਾ ਕਰਵਾਏ ਜਾਣ ਖਿਲਾਫ ਧਾਇਰ ਮਾਨਹਾਨੀ ਪਟੀਸ਼ਨ ਦਾ ਨبطਾਰਾ ਕਰਦੇ ਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਜਿਮਣੀ ਚੋਣਾਂ ਦੇ ਲਈ 20 ਦਿਨਾਂ ਦੇ ਅੰਦਰ ਨੋਟੀਫਿਕੇਸ਼ਨ ਜਾਰੀ ਕਰਨ ਦੇ ਹੁਕਮ ਦਿੱਤੇ ਹਨ ਤੇ ਹਾਈ ਕੋਰਟ ਦੇ ਵਿੱਚ ਮਾਨਹਾਨੀ ਪਟੀਸ਼ਨ ਧਾਇਰ ਕਰਦੇ ਹੋਏ ਜਸਵੰਦਰ ਕੌਰ ਅਤੇ ਹੋਰਨਾਂ ਦੱਸਿਆ ਹੈ ਕਿ ਇਸ ਸਾਲ ਜਨਵਰੀ ਵਿੱਚ ਸਰਕਾਰ ਨੇ ਅਦਾਲਤ ਨੂੰ ਭਰੋਸਾ ਦਿੱਤਾ ਸੀ ਕਿ ਉਪ ਚੋਣਾਂ ਦਾ ਐਲਾਨ ਤਿੰਨ ਹਫ਼ਤਿਆਂ ਦੇ ਵਿੱਚ ਕਰ ਦਿੱਤਾ ਜਾਵੇਗਾ ਪੰਜਾਬ ਸਰਕਾਰ ਨੇ ਇਸ ਜਵਾਬ ਤੋਂ ਬਾਅਦ ਹਾਈ ਕੋਰਟ ਨੇ 13 ਜਨਵਰੀ ਨੂੰ ਚੋਣ ਦਾ ਪਟੀਸ਼ਨ ਦਾ ਨਪਟਾਰਾ ਕਰ ਦਿੱਤਾ ਅਤੇ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਹਜੇ ਤੱਕ ਉਪ ਚੋਣਾਂ ਦਾ ਐਲਾਨ ਨਹੀਂ ਹੋਇਆ ਤੇ ਪੰਜਾਬ ਦੇ ਮੁੱਖ ਸਕੱਤਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਕਿਹਾ ਸੀ ਕਿ ਜਿਮਨੀ ਚੋਣ ਦੇ ਸਬੰਧੀ ਨੋਟੀਫਿਕੇਸ਼ਨ ਆ ਜਲਦ ਹੀ ਜਾਰੀ ਕਰ ਦਿੱਤਾ ਜਾਵੇਗਾ ਅਦਾਲਤ ਨੂੰ ਦੱਸਿਆ ਗਿਆ ਕਿ ਹੁਣ ਤੱਕ ਸਰਪੰਚਾਂ ਦੀਆਂ 431 ਪੰਚਾਇਤਾਂ ਦੀਆਂ 2914 ਪੰਚਾਇਤ ਸਮੁਤੀ ਮੈਂਬਰਾਂ ਦੀਆਂ 81 ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਦੀਆਂ 10 ਖਾਲੀ ਅਸਾਮੀਆਂ ਦੀ ਸੂਚਨਾ 27 ਮਾਰਚ ਨੂੰ ਪੱਤਰ ਦੇ ਰਾਹੀਂ ਰਾਜ ਚੋਣ ਕਮਿਸ਼ਨ ਨੂੰ ਭੇਜੀ ਜਾ ਚੁੱਕਿਆ ਤੇ ਉਹਨਾਂ ਦੀਆਂ ਚੋਣਾਂ 30 ਦਸੰਬਰ 2018 ਨੂੰ ਹੋਣੀਆਂ ਸਨ ਅਦਾਲਤ ਨੇ ਇਸ ਮਾਮਲੇ ਵਿੱਚ ਟਲਮੱਠ ਬਾਲਾ ਰਬਈਆ ਅਪਣਾਉਣ ਦੇ ਲਈ ਪੰਜਾਬ ਸਰਕਾਰ ਨੂੰ ਸਖਤ ਝਾੜ ਲਗਾਈ ਸੀ ਇਸ ਤੋਂ ਬਾਅਦ ਇਸ ਮਾਨਯੋਗ ਅਦਾਲਤ ਪਟੀਸ਼ਨ ਕਰਤਾ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਤੇ ਪੰਜਾਬ ਸਰਕਾਰ ਦਾ ਪੱਖ ਜਾਣਨ ਤੋਂ ਬਾਅਦ ਪਟੀਸ਼ਨ ਦਾ ਨਪਟਾਰਾ ਕਰਦੇ 20 ਦਿਨਾਂ ਦੇ ਅੰਦਰ ਚੋਣ ਨੋਟੀਫਿਕੇਸ਼ਨ ਜਾਰੀ ਕਰਨ ਦੇ ਹੁਕਮ ਦਿੱਤੇ ਹਨ